ਅੱਜ ਮਿਸਤਰੀ ਸਾਹਿਬਾਨ ਜਿਹੜੇ ਨਾ ਜੀ, ਇਹ ਸਾਈਡ ਇਹਨਾਂ ਨੇ ਕਰਨੀ ਆ ਔਰ ਇੱਧਰ ਗੋ ਕਰਨੀ ਜਿਹੜੀ ਹੈ ਨਾ ਬਹੁਤ ਜ਼ਿਆਦਾ ਔਖੀ ਹੋਈ ਖਲੋਤੀ, ਕਿਉਂਕਿ ਇੱਧਰ ਜਿਹੜੀ ਹੈ ਨਾ ਜਗ੍ਹਾ ਨਹੀਂ ਬਣਦੀ ਵੀ ਗੋ ਕਿੱਥੇ ਖੜੀ ਕਰਨੀ ਹੈ, ਕਿਉਂਕਿ ਉਦੋਂ ਤਾਂ ਫੱਟੇ ਰੱਖਣੇ ਹੁੰਦੇ ਨਾ, ਤੁਹਾਨੂੰ ਕਾਬੂ ਵੀ ਕਰਨਾ ਪੈਂਦਾ। ਬਿਸਮਿਲ੍ਲਾਹਿਰਰਹਿਮਾਨਿਰਰਹੀਮ, ਅਸਲਾਮ ਅਲੈਕੁਮ, ਪਰਵਰਦਿਗਾਰ ਦੀਆਂ ਰਹਿਮਤਾਂ ਬਰਕਤਾਂ ਔਰ ਨਿਮਤਾਂ ਦੇ ਨਾਲ ਅੱਜ ਦੀ ਵੀਡੀਓ ਦਾ ਆਗਾਜ਼ ਕਰਨਾ ਹੈ ਜੀ। ਸਾਰੇ ਘਰ ਵਿੱਚ ਨਾ ਸੁਬਾ ਸੁਬਾ ਇਹ ਹੀ ਕੰਮ ਹੋ ਜਾਂਦਾ, ਸੁਬਾ ਸੁਬਾ ਹੀ, ਸ਼ਾਮ ਦੀ ਕਰਨਾ ਇਹ ਕਿਚੜ ਕੁਚੜ ਇਸੇ ਤਰ੍ਹਾਂ ਹੀ ਰਹਿੰਦਾ, ਔਰ ਸ਼ਾਮ ਨੂੰ ਫਿਰ ਅਸੀਂ ਥੋੜ੍ਹੀ ਬਹੁਤ ਜਿਹੜੀ ਹੈ ਨਾ ਸਫਾਈ ਕਰ ਲੈਂਦੇ ਹਾਂ, ਤਾਂ ਕਿ ਰਾਤ ਜਿਹੜੀ ਹੈ ਨਾ ਆਸਾਨੀ ਨਾਲ ਗੁਜ਼ਰ ਜਾਵੇ ਔਰ ਸੁਬਾ ਫਿਰ ਇਹ ਹੀ ਕੰਮ ਸ਼ੁਰੂ ਹੋ ਜਾਂਦਾ। ਤਕਰੀਬਨ ਅੱਜ ਚੌਥਾ ਹਫ਼ਤਾ ਜਿਹੜਾ ਨਾ ਸਟਾਰਟ ਹੁੰਦਾ ਪਿਆ, ਕੰਮ ਸਟਾਰਟ ਹੋਏ ਨੂੰ ਔਰ ਹਾਲੇ ਤੀਕਰ ਕੰਮ ਜਿਹੜਾ ਨਾ ਕਾਫੀ ਸਾਰਾ ਰਹਿੰਦਾ ਮੇਰੇ ਖਿਆਲ ਨਾਲ, ਤੇ ਹਾਲੇ 3 ਤੋਂ 4 ਦਿਨ ਦਾ ਕੰਮ ਜਿਹੜਾ ਨਾ ਉਹ ਮਜ਼ੀਦ ਹੈ, ਔਰ ਉਸ ਤੋਂ ਬਾਅਦ ਫਿਰ ਮਿਸਤਰੀ ਦਾ ਕੰਮ ਜਿਹੜਾ ਨਾ ਉਹ ਖਤਮ ਹੋਏਗਾ। ਬੇਗਮ ਸਾਹਿਬ, ਅੱਜ ਸੁਬਹ ਸੁਬਹ ਨਾਸ਼ਤੇ ਦੀ ਤਿਆਰੀ ਲੱਗੀ ਹੋਈ ਹੈ ਕਰਨ, ਅੱਜ ਹੁਣ ਕੀ ਬਣਾਇਆ ਜਾ ਰਿਹਾ ਹੈ? ਦਾਲ ਆਲੂ, ਅੱਗੇ ਵੀ ਕਮੈਂਟ ਆਇਆ ਨਾ ਵੀ ਦਾਲ ਚ ਆਲੂ ਬੰਦਾ ਕਿਹੜਾ ਪਾਉਂਦਾ, ਸਾਡਾ ਸਾਲਨ ਜਿਹੜਾ ਨਾ ਜੀ ਮਜ਼ੇਦਾਰ ਬਣ ਜਾਂਦਾ, ਇਸ ਵਜ੍ਹਾ ਤੋਂ ਅਸੀਂ ਦਾਲ ਦੇ ਵਿੱਚ ਆਲੂ ਜਿਹੜੇ ਨਾ ਇਸਤੇਮਾਲ ਕਰ ਲੈਂਦੇ ਹਾਂ। ਅੱਜ ਹੈ ਜੀ ਸੰਡੇ ਔਰ ਬੱਚੇ ਜਿਹੜੇ ਨਾ ਘੋੜੇ ਵੇਚ ਕੇ ਸੁੱਤੇ ਪਏ ਨੇ, ਕਿੰਨੇ ਮਾਸ਼ਾਅੱਲਾ ਨੇ ਜਿਹੜੇ ਸੁੱਤੇ ਪਏ ਨੇ, ਉੱਠਦੇ ਨਹੀਂ ਪਏ, ਸੁਬਹ ਦਾ ਨਾ ਸੱਦ ਮਾਰ ਮਾਰ ਕੇ ਥੱਕੇ ਪਏ ਫਿਰ ਵੀ ਨਹੀਂ ਉੱਠਦੇ ਪਏ। ਅੱਜ ਮਿਸਤਰੀ ਸਾਹਿਬਾਨ ਜਿਹੜੇ ਨਾ ਜੀ ਇਹ ਸਾਈਡ ਇਹਨਾਂ ਨੇ ਕਰਨੀ ਆ ਔਰ ਇੱਧਰ ਗੋ ਕਰਨੀ ਜਿਹੜੀ ਹੈ ਨਾ ਬਹੁਤ ਜ਼ਿਆਦਾ ਔਖੀ ਹੋਈ ਖਲੋਤੀ, ਕਿਉਂਕਿ ਇੱਧਰ ਜਿਹੜੀ ਹੈ ਨਾ ਜਗ੍ਹਾ ਨਹੀਂ ਬਣਦੀ ਵੀ ਗੋ ਕਿੱਥੇ ਖੜੀ ਕਰਨੀ ਹੈ, ਕਿਉਂਕਿ ਉਦੋਂ ਤਾਂ ਫੱਟੇ ਰੱਖਣੇ ਹੁੰਦੇ ਨਾ, ਤੁਹਾਨੂੰ ਕਾਬੂ ਵੀ ਕਰਨਾ ਪੈਂਦਾ। ਬਾਕੀ ਕਾਫੀ ਹੱਦ ਤੀਕਰ ਘਰ ਦਾ ਫਰੰਟ ਜਿਹੜਾ ਨਾ ਮੁਕੰਮਲ ਹੋ ਚੁੱਕਿਆ ਹੋਇਆ, ਬਸ ਆ ਥੱਲੇ ਥੱਲੇ ਵਾਲੀ ਸਾਈਡਾਂ ਜਿਹੜੀਆਂ ਨਾ ਰਹਿੰਦੀਆਂ ਨੇ, ਉਸਲਾ ਜਿਹੜਾ ਨਾ ਸਾਰਾ ਪਲਸਤਰ ਹੋ ਚੁੱਕਿਆ ਹੋਇਆ ਅੰਦਰੋਂ ਬਾਹਰੋਂ ਦੋਵਾਂ ਸਾਈਡਾਂ ਤੋਂ। ਬੱਚੇ ਮਾਸ਼ਾਅੱਲਾ ਉੱਠ ਗਏ ਹੋਏ ਨੇ। ਬੇਗਮ ਸਾਹਿਬ ਮੈਨੂੰ ਯਾਦ ਕਰਦੀ ਪਈ, ਹਾਂਜੀ ਬੇਗਮ ਸਾਹਿਬਾ ਦੀ ਤਬੀਅਤ ਜਿਹੜੀ ਹੈ ਨਾ ਜੀ ਅਚਾਨਕ ਜ਼ਿਆਦਾ ਖਰਾਬ ਹੋ ਗਈ ਹੈ ਔਰ ਦਾੜ ਨੂੰ ਕਾਫੀ ਜ਼ਿਆਦਾ ਪੇਨ ਹੁੰਦੀ ਪਈ ਹੈ, ਉਹਦੇ ਕੋਲ ਫਿਰ ਇੱਥੇ ਨਹੀਂ ਸੀ ਬੈਠਾ ਜਾਂਦਾ ਪਿਆ, ਤੇ ਮੈਂ ਕਿਹਾ ਵੀ ਤੂੰ ਜਾ ਕੇ ਲੇਟ ਜਾ, ਸਾਲਨ ਜਿਹੜਾ ਨਾ ਮੈਂ ਪਕਾ ਲੈਂਦਾ, ਹੁਣ ਉਹ ਜਾ ਕੇ ਨਾ 4 ਵਜੇ ਤੇ ਲੇਟ ਗਈ ਹੈ ਔਰ ਦਵਾਈ ਜਿਹੜੀ ਹੈ ਨਾ ਅਸੀਂ ਲਾਈ ਆ, ਬੁਰਾ ਜਿਹਾ ਗਲਾਇਆ ਵਾ ਮੂੰਹ ਦੇ ਵਿੱਚ, ਹੁਣ ਵੇਖੋ ਅੱਲਾ ਖੈਰ ਕਰੇ ਜੇਕਰ ਥੋੜੀ ਬਹੁਤ ਆਰਾਮ ਆਉਂਦੀ ਤੇ ਰੋਟੀਆਂ ਪਕਾ ਦੇਗੀ, ਨਹੀਂ ਤੇ ਫਿਰ ਰੋਟੀਆਂ ਦਾ ਵੀ ਜਿਹੜਾ ਨਾ ਕੋਈ ਹਿਸਾਬ ਕਿਤਾਬ ਆਪ ਨੂੰ ਹੀ ਲਾਉਣਾ ਪੈਣਾ। ਅਲਹਮਦੁਲਿਲਾ ਜੀ, ਸਾਲਨ ਸਾਡਾ ਜਿਹੜਾ ਨਾ ਜੀ ਤਕਰੀਬਨ ਤਿਆਰ ਹੋ ਗਿਆ ਹੋਇਆ, ਹਾਲੇ ਥੋੜੀ ਜੀ ਜਿਹੜੀ ਹੈ ਨਾ ਉਹਦੇ ਵਿੱਚ ਕਸਰ ਹੈ ਔਰ ਦੁੱਧ ਆ ਗਿਆ ਸੀ, ਦੁੱਧ ਵੀ ਉੱਤੇ ਰੱਖ ਦਿੱਤਾ, ਉਹ ਵੀ ਜਿਹੜਾ ਨਾ ਗਰਮ ਹੁੰਦਾ ਪਿਆ। ਫੈਜ਼ਾ ਰਾਣੀ ਉੱਠ ਗਈ ਹੋਈ ਹੈ, ਫੈਜ਼ਾ ਰਾਣੀ ਆਪਣੀ ਸੀਟ ਤੇ ਬਹਿ ਗਈ ਹੈ, ਮਾਂ ਨੂੰ ਕਿਹਾ ਤੂੰ ਪਿੱਛੇ ਹੋ ਜਾ, ਚੁੱਲ੍ਹਾ ਮੈਂ ਸੰਭਾਲ ਲੈਂਦੀ ਹਾਂ। ਆਪਣੇ ਪਕਾਣੀਆਂ ਰੋਟੀਆਂ? ਅੱਛਾ, ਔਰ ਬੇਗਮ ਨੂੰ ਹੁਣ ਉਠਾਇਆ ਜੀ, ਹੁਣ ਜਿਸ ਤਰ੍ਹਾਂ ਵੀ ਹੈ ਤਬੀਅਤ, ਲੇਕਿਨ ਰੋਟੀਆਂ ਜਿਹੜੀਆਂ ਨਾ ਉਹ ਸਾਨੂੰ ਪਕਾ ਕੇ ਦੇ, ਕਿਉਂਕਿ ਰੋਟੀਆਂ ਪਕਾਏ ਬਗੈਰ ਜਿਹੜਾ ਨਾ ਉਹ ਗੁਜ਼ਾਰਾ ਨਹੀਂ ਹੋਣਾ। ਸਾਲਨ ਦੇ ਮੈਂ ਬਣਾ ਲਿਆ, ਰੋਟੀ ਪਕਾ ਲੈਂਦੀ ਇਹਨਾਂ ਤੇ, ਫਿਰ ਰੋਟੀ ਛੋਟੀ ਖਵਾ ਕੇ ਜਾਂ ਖਾ ਕੇ ਨਾ ਉਸ ਤੋਂ ਬਾਅਦ ਫਿਰ ਇਹਨੂੰ ਲੈ ਕੇ ਜਾਵਾਂਗੇ ਡਾਕਟਰ ਕੋਲ ਔਰ ਦੁਬਾਰਾ ਜਿਹੜਾ ਨਾ ਜਾ ਕੇ ਚੈੱਕਅਪ ਕਰਵਾਵਾਂਗੇ ਵੀ ਯਾਰ ਦਰਦ ਜਿਹੜੀ ਹੈ ਨਾ ਉਹ ਨਹੀਂ ਰੁਕਦੀ ਪਈ, ਕਿਉਂਕਿ ਸਾਰੀ ਟ੍ਰੀਟਮੈਂਟ ਉਹ ਕਰਵਾਈ, ਉਹ ਖਾਲੀ ਕਰਵਾਈ, ਉਹ ਸਾਫ਼ ਕਰਵਾਈ, ਉਹ ਸਭ ਕੁਝ ਇਸ ਵਜ੍ਹਾ ਤੋਂ ਕਰਵਾਇਆ ਹੈ ਕਿ ਇਹਦੀ ਦਰਦ ਰੁਕ ਜਾਵੇ, ਲੇਕਿਨ ਉਹ ਅਗਰ ਦਰਦ ਹੀ ਨਹੀਂ ਰੁਕਣੀ ਤੇ ਫਿਰ ਉਹ ਸਾਰੇ ਪ੍ਰੋਸੈਸ ਦਾ ਜਿਹੜਾ ਨਾ ਫਾਇਦਾ ਹੀ ਕੋਈ ਨਹੀਂ, ਕਿਉਂਕਿ ਇੰਨੀ ਦਰਦ ਤੇ ਉਹਨੂੰ ਪਹਿਲੇ ਨਹੀਂ ਸੀ ਹੋ ਰਹੀ ਜਿੰਨੀ ਦਰਦ ਉਹਨੂੰ ਹੁਣ ਹੁੰਦੀ ਪਈ ਆ। ਹਾਂਜੀ, ਅਲਹਮਦੁਲਿਲਾ, ਮਿਸਤਰੀ ਸਾਹਿਬਾਨ ਨੇ ਆਪਣੀ ਤਿਆਰੀ ਜਿਹੜੀ ਇੰਨੀ ਜੀ ਮੁਕੰਮਲ ਕਰ ਲਈ ਹੋਈ ਹੈ, ਪਾਣੀ ਸ਼ਾਣੀ ਲੱਗ ਗਿਆ, ਗੋਹਾ ਸ਼ੋਹਾਂ ਲੱਗ ਗਈਆਂ, ਮਸਾਲਾ ਬਣ ਗਿਆ, ਬਸ ਹੁਣ ਸਿਰਫ ਨਾ ਪਲਸਤਰ ਦਾ ਟਾਈਮ ਹੈ ਜੀ, ਪਲਸਤਰ ਸ਼ੁਰੂ ਕਰਨ ਲੱਗੇ ਨੇ, ਸ਼ੁਰੂ ਕਰੋ, ਮੈਂ ਚਾਹ ਤੁਹਾਡੀ ਬਣਵਾਉਂਦਾ ਪਿਆ। ਦਾੜ ਦੀ ਦਰਦ ਜਿਹੜੀ ਹੈ ਨਾ ਜੀ ਬੇਗਮ ਦੀ ਸੈੱਟ ਨਹੀਂ ਹੁੰਦੀ ਪਈ ਔਰ ਦੁਬਾਰਾ ਫਿਰ ਡਾਕਟਰ ਕੋਲ ਆਏ ਖਲੋਤੇ ਹਾਂ ਜੀ। ਹਾਂਜੀ, ਹੋ ਗਿਆ, ਹੋ ਗਿਆ ਜੀ, ਖਾਲੀ ਕਰਾਤੀ, ਬੁਰਾਈ ਕੀਤੀ ਸੀ ਨਾ ਉਹ ਵੀ ਉਹਨੇ ਕਰ ਦਿੱਤੀ ਆ। ਹੁਣ ਚੱਲਨੇ ਆ ਵਾਪਸ ਘਰ, ਬੱਚੇ ਵੀ ਘਰ ਇਕੱਲੇ ਨੇ ਔਰ ਮਿਸਤਰੀ ਸਾਹਿਬਾਨ ਵੀ ਜਿਹੜੇ ਨਾ ਉਹ ਵੀ ਲੱਗੇ ਹੋਏ ਨੇ, ਤਦ ਉਹਨਾਂ ਦੀ ਖੈਰ ਖਬਰ ਲੱਗੀ। ਚਲੀਏ ਜੀ, ਚਲੀਏ।
ਕਿਆ ਹੁਆ ਉਹਨੇ ਬਾਜ਼ੂ ਚ ਪਾ ਲਈਆਂ ਨੇ ਚੱਲ ਇਹਦੇ ਵਿੱਚ ਕੱਢ ਕੇ ਨਮਕ ਵੀ ਲਿਆ ਥੋੜਾ ਜਿਹਾ ਨਮਕ ਵੀ ਲਾਣਾ ਹੁੰਦਾ ਅੱਛਾ ਮੇਰੀ ਬਾਤ ਸੁਣ ਪਹਿਲੇ ਜਰਾ ਪਹਿਲੇ ਜੀ ਇਸਮੇ ਡਾਲ ਔਰ ਇਸਕੋ ਉਧਰ ਲੈ ਚੱਲ ਪਾਣੀ ਮੇ ਇਸਮੇ ਨਾ ਅੱਛੀ ਤਰੀਕੇ ਸੇ ਧੋ ਲੇ ਧੋਨੇ ਕੇ ਬਾਅਦ ਫਿਰ ਇਸਕਾ ਪਾਣੀ ਖੁਸ਼ਕ ਕਰ ਲੈਣਾ ਮਤਲਬ ਪਾਣੀ ਨਿਕਾਲ ਦੇਣਾ ਔਰ ਉਸਕੇ ਬਾਅਦ ਫਿਰ ਇਸ ਪੇ ਨਮਕ ਲਗਾਏਂਗੇ ਆ ਜੋ ਕਰੋ ਸ਼ਾਬਾਸ਼ ਹਾਂ ਵਹਾਂ ਪਰ ਬੜੀ ਹੋਤੀ ਹੈ ਨਾ ਤੋ ਉੱਪਰ ਮੱਖੀਆਂ ਵਗੈਰਾ ਬੈਠੀ ਰਹਤੀ ਹੈ ਕਾਫੀ ਦੇਰ ਨਾਲ ਰੈਸਟ ਕੀਤੀ ਹੈ ਜੀ ਰੈਸਟ ਕਰਨ ਤੋਂ ਬਾਅਦ ਹੁਣ ਦੁਬਾਰਾ ਫਿਰ ਬਾਹਰ ਜਾਂਦਾ ਪਿਆ ਬੇਗਮ ਦੀ ਤਬੀਅਤ ਨਹੀਂ ਠੀਕ ਹੈ ਨਾ ਤੇ ਉਹਨੂੰ ਖਾਣ ਪੀਣ ਦਾ ਮਸਲਾ ਬਣਿਆ ਗਿਆ ਸੁਬਹ ਉਹਨੇ ਰੋਟੀ ਕੋਈ ਨਹੀਂ ਖਾਧੀ ਹੁਣ ਉਹਦੇ ਵਾਸਤੇ ਕੋਈ ਚੀਜ਼ ਬਾਹਰੋਂ ਲੈ ਕੇ ਚੱਲਾਂਗੇ ਫਰੂਟ ਸ਼ਰੂਟ ਲੈ ਕੇ ਆਉਂਦੇ ਹਾਂ ਕੋਈ ਬੰਦ ਵਗੈਰਾ ਕੋਈ ਇਸ ਤਰ੍ਹਾਂ ਦੀ ਡਬਲ ਰੋਟੀ ਜਿਹੜੀ ਨਰਮ ਗਿਜ਼ਾ ਉਹ ਖਾਵੇ ਤੇ ਉਹਦਾ ਜਿਹੜਾ ਨਾ ਕੋਈ ਥੋੜਾ ਜਿਹਾ ਮਤਲਬ ਤਬੀਅਤ ਸ਼ਬੀਅਤ ਫਿੱਟ ਹੋਵੇ ਤੇ ਬਾਕੀ ਦਾੜ ਦੀ ਦਰਦ ਤੇ ਉਹਨੂੰ ਹੈ ਉਸੇ ਤਰ੍ਹਾਂ ਹੀ ਅੱਜ ਵੀ ਸਫਾਈ ਸਫੂਈ ਕਰਵਾਈ ਅੱਲਾ ਬਿਹਤਰ ਜਾਣਦਾ ਹੁਣ ਵੇਖੋ ਕੱਲ੍ਹ ਤੀਕਰ ਉਹ ਕਹਿੰਦਾ ਸੀ ਵੀ ਥੋੜ੍ਹੀ ਜਿਹੀ ਨਾ ਸੈੱਟ ਹੋਏਗੀ ਤਬੀਅਤ ਕਿਉਂਕਿ ਅੱਜ ਉਹ ਮਸ਼ੀਨ ਜਿਹੀਆਂ ਸੂਈਆਂ ਜਿਹੀਆਂ ਵਿੱਚ ਲੱਗਦੀਆਂ ਨੇ ਜਿਹਦੇ ਨਾਲ ਸਫਾਈ ਸਫੂਈ ਕਰਦੇ ਨੇ ਤੇ ਮੈਂ ਮਤਲਬ ਅੱਜ ਦੀ ਰਾਤ ਦਰਦ ਇਹਨੂੰ ਰਹਿਣੀ ਆ ਕੱਲ੍ਹ ਜਿਹੜਾ ਨਾ ਥੋੜ੍ਹਾ ਜਿਹਾ ਨਾਰਮਲ ਹੋ ਜਾਏਗੀ ਸਾਲਨ ਹੈ ਤੁਹਾਡੇ ਕੋਲ ਆਪਕੋ ਕਿਸ ਨੇ ਬਤਾਇਆ ਮੰਮੀ ਨੇ ਬਤਾਇਆ ਪਾਪਾ ਬਾਹਰ ਜਾ ਰਹੇ ਵੋ ਤੋ ਕਹਿ ਰਹੀ ਮੈਨੇ ਨਹੀਂ ਬਤਾਇਆ ਓਏ ਆਪਨੇ ਕਿਆ ਕਰਨਾ ਬਾਹਰ ਜਾ ਕੇ ਕਿਆ ਕਰਨਾ ਆਪਣੇ ਬਾਹਰ ਜਾ ਕੇ ਕਿਆ ਕਰਨਾ ਆਪਣੇ ਬਾਹਰ ਜਾ ਕੇ ਕਿਆ ਕਰਨਾ ਆਪਣੇ ਬਾਹਰ ਜਾ ਕੇ ਚੀਜ਼ ਲੈਣੀ ਚੀਜ਼ ਲੈਣੀ ਹੈ ਆਪ ਅੱਜ ਨਾਏ ਨਹੀਂ ਹੋ ਨਾ ਆ ਕੇ ਨਾਨਾ ਹੈ ਠੀਕ ਹੈ ਅਬ ਚਲੇ ਚਲੇ ਚਲੋ ਜੀ ਕਿਆ ਕਿਆ ਖਾਇਆ ਆਪਨੇ ਕਿਆ ਖਾਇਆ ਇਧਰ ਮੇਰੀ ਤਰਫ ਦੇਖੋ ਮੈਨੇ ਕੇਲਾ ਕਾ ਕੇਲਾ ਨਹੀਂ ਖਾਇਆ ਇਸਨੇ ਤਰਬੂਜ ਖਾਇਆ ਕਿਆ ਖਾਇਆ ਤਰਬੂਜ ਖਾਇਆ ਹੈ ਕੇਲਾ ਔਰ ਸੇਬ ਲੈ ਕੇ ਜਾ ਰਹੇ ਹੈ ਸਾਥ ਮੇ ਗਲੇਜ ਵੀ ਲੈ ਕੇ ਜਾ ਰਹੇ ਹੈ ਇਧਰ ਹਮ ਬੰਦ ਲੈ ਕੇ ਜਾ ਰਹੇ ਹੈ ਸਾਥ ਮੇ ਘੀ ਵੀ ਲੈ ਕੇ ਜਾ ਰਹੇ ਹੈ ਕਾਫੀ ਸਾਰੀ ਚੀਜ਼ਾਂ ਹਮਨੇ ਲੈ ਲਈ ਅਬ ਚਲੇ ਓਕੇ ਜੀ ਚਲੋ ਆ ਜਾਓ ਜੀ ਨੀਚੇ ਉਤਰ ਆਏ ਚਲੇ ਇਹ ਇਧਰ 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 ਮੇਰੀ ਤਰਫ ਆਓ ਇਹ ਪਕੜੋ ਪੈਸਾ ਜੇ ਖੁਦ ਕਰ ਕੰਮ ਛੋੜ ਦੋ ਆਪ ਕਹੀਂ ਗਿਰ ਜਾਓਗੇ ਨਹੀਂ ਗਿਰਤੇ ਅੱਛਾ ਇਹ ਜੀ ਕੁਛ ਫਰੂਟ ਲੈ ਕੇ ਆਇਆ ਬੇਗਮ ਮੈਂ ਕਿਹਾ ਖਾਵੇਗੀ ਜਾਨ ਬਣਾਵੇਗੀ ਹੈ ਆ ਲਓ ਜੀ ਪੁਛਰਾ ਆ ਫੜ ਇਹ ਤੂੰ ਸੇਬ ਨਾ ਜੂਸ ਨਹੀਂ ਬਣਾਉਣਾ ਕਿਉਂਕਿ ਫਿਰ ਦਾੜ ਚ ਨਾ ਦੁੱਧ ਦੀ ਵਜ੍ਹਾ ਤੋਂ ਫਿਰ ਰੇਸ਼ਾ ਬਣੇਗਾ ਠੀਕ ਹੈ ਇਹ ਸੇਬ ਵੈਸੇ ਕੱਟ ਕੇ ਖਾ ਲਾ ਤੇ ਕੇਲਾ ਵੀ ਖਾਣਾ ਜੇਕਰ ਖਾ ਲਾ ਇਹ ਬੰਦ ਲਿਆਂਦੇ ਨੇ ਮੈਂ ਤੈਨੂੰ ਦੁੱਧ ਗਰਮ ਕਰ ਦੇਣਾ ਬਿਲਾਲ ਮਾਂ ਨੂੰ ਦੁੱਧ ਗਰਮ ਕਰਕੇ ਹਲਕੀ ਜਿਹੀ ਪੱਤੀ ਪਾ ਦੇ ਖਾਲੀ ਦੁੱਧ ਨਹੀਂ ਦੇਣਾ ਠੀਕ ਹੈ ਹਲਕੀ ਜਿਹੀ ਪੱਤੀ ਪਾ ਕੇ ਨਾ ਵੱਡਾ ਕੱਪ ਚਾਹ ਦਾ ਬਣਾ ਦੇ ਉਹਦੇ ਨਾਲ ਬੰਦ ਵਗੈਰਾ ਖਾ ਲੇਗੀ ਮਤਲਬ ਚਾਹ ਨਾ ਹੋਵੇ ਹਲਕੀ ਜਿਹੀ ਪੱਤੀ ਹੋਵੇ ਉਹਦੇ ਔਰ ਇੱਕ ਇੱਕ ਲੇਜ਼ ਤੁਹਾਡਾ ਵਾ ਤੇ ਇੱਕ ਲੇਜ਼ ਹੁੰਦਾ ਜਿਹੜੇ ਬਾਈ ਮਿਸਤਰੀ ਪਲਸਤਰ ਕਰਦੇ ਪਏ ਨਾ ਉਹ ਤੇ ਆਪਣਾ ਛੁੱਟੀ ਕਰਕੇ ਚਲੇ ਗਏ ਨੇ ਕੁਝ ਦਾਰਾਂ ਜਿਹੜੀਆਂ ਨੇ ਇੱਥੋਂ ਵਾਲੇ ਹੱਲੇ ਵੀ ਰਹਿ ਗਈਆਂ ਨੇ ਉਹ ਹੁਣ ਆ ਕੇ ਸਵੇਰ ਲਾਏਗਾ ਠੇਕੇਦਾਰ ਬਾਈ ਜਿਹੜੇ ਨੇ ਉਹਨਾਂ ਨੇ ਆਖਿਆ ਸੀ ਕਿ ਬਹਿਰੇ ਜਿਹੜੇ ਨੇ ਮੈਂ ਛੁੱਟੀ ਤੋਂ ਬਾਅਦ ਆ ਕੇ ਸੈੱਟ ਕਰਾਂਗਾ ਬਹਿਰੇ ਤੋਂ ਮੁਰਾਦ ਇਹ ਕਿ ਇਹ ਸਾਡੇ ਜਿਹੜੇ ਜੰਗਲੇ ਨੇ ਤੇ ਹੁਣ ਇਹ ਇੱਧਰ ਲੱਗਣ ਲੱਗਾ ਮੈਂ ਬੇਗਮ ਨੂੰ ਉੱਤੇ ਸੱਦਾ ਪਿਆ ਮੈਂ ਕਿ ਵੀ ਉਹਦੇ ਕੋਲ ਵੀ ਨਾ ਇੱਕ ਮਸ਼ਵਰਾ ਲੈ ਲਵੀਏ ਵੀ ਇਹਨੂੰ ਨੀਵਾਂ ਕਰਾ ਲਵੀਏ ਜਾਂ ਇੱਥੇ ਹੀ ਉੱਤੇ ਲਵਾ ਲਵੀਏ ਕਿਤੇ ਮਾਂ ਤੇਰੀ ਬੁਲਾਓ ਬੇਟਾ ਉਸ ਅਲਹਮਦੁਲਿਲਾ ਜੀ ਜੰਗਲੇ ਜਿਹੜੇ ਇਹਨਾਂ ਦੋਵੇਂ ਲਾ ਲਏ ਨੇ ਲੇਕਿਨ ਫਿੱਟ ਹਾਲੇ ਨਹੀਂ ਕੀਤੇ ਪੱਕੇ ਨਹੀਂ ਕੀਤੇ ਸਿਰਫ ਖੁੱਡੇ ਮਾਰ ਕੇ ਇਹਨਾਂ ਤੇ ਉੱਤੇ ਰੱਖ ਦਿੱਤੇ ਨੇ ਜੰਗਲੇ ਤੇ ਇਸ ਤਰ੍ਹਾਂ ਜਿਹੜੇ ਇਹਨਾਂ ਜੀ ਜੰਗਲੇ ਲੱਗਣੇ ਨੇ ਇੱਥੇ ਤੁਹਾਨੂੰ ਪਤਾ ਹੈ ਕਿ ਵਾਰ ਲੱਗੇ ਹੋਏ ਸੀ ਇੱਟਾਂ ਦੇ ਜਿਹੜੇ ਪੱਟ ਕੇ ਨਾ ਵਾਲੇ ਸੁੱਟ ਦਿੱਤੇ ਨੇ ਇਹ ਵਾਲਾ ਜੰਗਲਾ ਵੀ ਇੱਥੇ ਫਿੱਟ ਹੋ ਜਾਏਗਾ ਔਰ ਉਹ ਵਾਲਾ ਜੰਗਲਾ ਜਿਹੜਾ ਹੈ ਨਾ ਜੀ ਇਹ ਵਾਲਾ ਸੂਬਾ ਇੱਥੇ ਫਿੱਟ ਹੋ ਜਾਏਗਾ ਮੈਂ ਉਹਨੂੰ ਆਖਿਆ ਮਿਸਤਰੀ ਨੂੰ ਕਿ ਆਉਂਦੇ ਸਾਰ ਸੂਬਾ ਮੈਨੂੰ ਇਹ ਫਿੱਟ ਕਰਕੇ ਦੇਣੇ ਨੇ ਵੀ ਤਾਂ ਕਿ ਇੱਕ ਤਾਂ ਸ਼ਾਮ ਤੱਕ ਵੈਸੇ ਪੱਕੇ ਹੋ ਜਾਵਣ ਔਰ ਦੂਸਰੇ ਨੰਬਰ ਤੇ ਆ ਜਿਹੜਾ ਸਾਰਾ ਖਿਲਾਰਾ ਬਣਿਆ ਖਲਾ ਨਾ ਗੰਦ ਬਣਿਆ ਖਲਾ ਨਾ ਇਹਨੂੰ ਮੈਂ ਕਿਸੇ ਪਾਸੇ ਲਾ ਲਵਾਂ ਕਿਉਂਕਿ ਵੇਖੋ ਨਾ ਸੀ ਨਾ ਸਾਰਾ ਕਚਰਾ ਹੀ ਕਚਰਾ ਕਚਰਾ
ਕਚਰਾ ਹੀ ਕਚਰਾ ਸਾਰਾ ਸਾਈਡ ਤੇ ਨਜ਼ਰ ਆਉਂਦਾ ਪਿਆ। ਇੱਥੇ ਖਾਲੀ ਸਿਰਫ ਟੈਂਕੀ ਨਜ਼ਰ ਆਉਣੀ ਚਾਹੀਦੀ ਔਰ ਉਸ ਤੋਂ ਇਲਾਵਾ ਇਹ ਵਾਲੇ ਜੰਗਲੇ ਨਜ਼ਰ ਆਉਣੇ ਚਾਹੀਦੇ ਨੇ, ਬਸ ਹੋਰ ਇਸ ਪਾਸੇ ਕੋਈ ਚੀਜ਼ ਜਿਹੜੀ ਹੈ ਨਾ ਨਜ਼ਰ ਨਹੀਂ ਆਉਣੀ ਚਾਹੀਦੀ। ਤੇ ਬਾਕੀ ਇਧਰੋਂ ਵੀ ਸਫਾਈ ਕਰਨੀ ਹੈ ਜੇ ਵਾਲਾ, ਸਾਰਾ ਕੰਮ ਮੁਕੰਮਲ ਹੋ ਗਿਆ ਹੋਇਆ, ਪਰਦੇ ਦਾ ਵੀ ਕੰਮ ਮੁਕੰਮਲ ਹੋ ਗਿਆ, ਸੁਬਾ ਸੋਰਾ ਜਾਂ ਉਸ ਜਗ੍ਹਾ ਤੋਂ ਰਹਿ ਗਿਆ, ਅੱਧੇ ਪੌਣੇ ਘੰਟੇ ਦਾ ਕੰਮ ਹੁੰਦਾ ਰਹਿ ਗਿਆ, ਉਹ ਵਾਲਾ ਕੰਮ ਜਿਹੜਾ ਨਾ ਉਹਨੇ ਕਰਨਾ ਹੈ ਤੇ ਛੱਤ ਲੂ ਬਿਲਕੁਲ ਵਿਹਲਾ ਹੋ ਜਾਣਾ ਮਿਸਤਰੀ, ਫਿਰ ਉਹਦਾ ਥੱਲੇ ਥੱਲੇ ਵਾਲਾ ਕੰਮ ਹੈ, ਛੱਤ ਲੂ ਬਿਲਕੁਲ ਵਿਹਲਾ ਹੋ ਜਾਣਾ, ਫਿਰ ਸਾਰੀ ਛੱਤ ਦੀ ਜਿਹੜੀ ਹੈ ਨਾ ਸਫਾਈ ਕਰਾਂਗੇ। ਇਹ ਸਾਰਾ ਕਚਰਾ ਹੀ ਕਚਰਾ ਉੱਤੇ ਹੋਇਆ ਪਿਆ, ਰੇਤ ਰੂਤ ਧੂਰਾਂ ਪਰ ਆਇਆ, ਸਾਰਾ ਕਚਰਾ ਜਿਹੜਾ ਨਾ ਇੱਕੋ ਤਰ੍ਹਾਂ ਸਾਫ਼ ਕਰਕੇ ਫਿਰ ਵਿਹਲੇ ਹੋਵਾਂਗੇ। ਤੁਹਾਨੂੰ ਪਤਾ ਹੈ ਕਿ ਲੋਕਾਂ ਨੂੰ ਛੱਤਾਂ ਦੀ ਇੰਨੀ ਜ਼ਿਆਦਾ ਫਿਕਰ ਨਹੀਂ ਕਰਦੇ ਔਰ ਨਾ ਹੀ ਇੰਨੀ ਜ਼ਿਆਦਾ ਛੱਤਾਂ ਦੀ ਸਫਾਈ ਕਰਦੇ ਨੇ, ਲੇਕਿਨ ਸਾਡੀ ਜਿਹੜੀ ਹੈ ਨਾ ਜੀ ਆਦਤ ਹੈ ਕਿ ਅਸੀਂ ਕਿਸੇ ਵੀ ਚੀਜ਼ ਨੂੰ ਇੰਜ ਨਹੀਂ ਛੱਡੀਦਾ, ਸਾਰੀ ਜਿਹੜੀ ਹੈ ਨਾ ਸਾਫ਼ ਸੁਥਰੀ ਰੱਖੀ ਦੀ ਹੁੰਦੀ ਹੈ, ਘਰ ਪੂਰਾ ਸਾਫ਼ ਕਰੀਦਾ, ਛੱਤਾਂ ਵੀ ਸਾਫ਼ ਰੱਖੀ ਦੀਆਂ ਨੇ, ਹਰ ਚੀਜ਼ ਨੂੰ ਇੱਕ ਜਗ੍ਹਾ ਤੇ ਕੁੰਜ ਕੁੰਜਾ ਕੇ ਨਾ ਉਹ ਰੱਖਣਾ ਹੁੰਦਾ। ਕੁਛ ਸਮਾਨ ਉੱਤੇ ਪਿਆ ਸੀ, ਮੈਂ ਕਿਹਾ ਵੀ ਜਗ੍ਹਾ ਨਾ ਥੱਲੇ ਲੈ ਚਲੀਏ, ਔਰ ਥੱਲੇ ਬੇਗਮ ਸਾਹਿਬਾ ਜਿਹੜੀ ਹੈ ਨਾ ਜੀ ਮੇਰੀ ਬਿਮਾਰ ਹੈ, ਰੋਟੀ ਪਾਣੀ ਵੀ ਸਾਡਾ ਜਿਹੜਾ ਨਾ ਔਖਾ ਖਲੋਤਾ ਹੈ। ਐ ਲੋ ਬਰਤਨ ਮੇਰੇ ਬੇਟੇ, ਆ ਬਰਤਨ ਉਧਰ ਕੁੰਜ। ਆਟਾ ਗੁੰਨ ਲਿਆ, ਆਟਾ ਗੁੰਨ ਕੇ ਰੋਟੀਆਂ, ਸਾਲਣ ਸਾਡਾ ਜਿਹੜਾ ਨਾ ਸੁਬਾਹ ਦਾ ਹੀ ਬਣਿਆ ਪਿਆ, ਔਰ ਆਟਾ ਗੁੰਨ ਕੇ ਰੋਟੀਆਂ ਜਿਹੜੀਆਂ ਨਾ ਉਹਨੂੰ ਪਕਾ ਲੈਂਦੀ ਹੈ, ਅਤੇ ਸੁਬਾਹ ਦਾ ਨਾਸ਼ਤਾ ਫਿਰ ਅੱਲਾ ਵਾਰਸ ਹੈ, ਅਗਰ ਤਬੀਅਤ ਸੈੱਟ ਹੋਈ ਤਾਂ ਕਰੇਗੀ, ਨਹੀਂ ਤਾਂ ਫਿਰ ਮੈਂ ਕਰ ਲਵਾਂਗਾ। ਇਹ ਸਰਕਟ ਤਾਂ ਜਿਹੜਾ ਮੈਂ ਘਰ ਦਾ ਚਲਾਉਣਾ ਹੀ ਚਲਾਉਣਾ, ਬੱਚਿਆਂ ਨੂੰ ਰੋਟੀ ਰੋਟੀ ਤਾਂ ਜਿਹੜੀ ਹੈ ਨਾ ਉਹ ਪਕਾ ਕੇ ਦੇਣੀ ਹੈ, ਅਤੇ ਹੋਰ ਤਾਂ ਇੱਥੇ ਕਰਨ ਵਾਲਾ ਹੈ ਕੋਈ ਨਹੀਂ। ਜ਼ਰੀ ਗੱਲ ਹੈ, ਅੱਜ ਕੱਲ੍ਹ ਦਾ ਉਹ ਹਿਸਾਬ ਕਿਤਾਬ ਨਹੀਂ ਹੈ, ਪਹਿਲੇ ਹੁੰਦਾ ਸੀ ਕਿ ਬਣਜੀਆਂ ਭਤੀਜੀਆਂ ਜਾਂ ਮਤਲਬ ਇਸ ਤਰ੍ਹਾਂ ਦੇ ਰਿਸ਼ਤੇਦਾਰ ਕੋਈ ਔਰਤ ਲੜਕੀ ਜਿਹੜੀ ਹੈ ਨਾ ਉਹ ਆ ਜਾਂਦੀ ਹੁੰਦੀ ਸੀ ਹੈਲਪਰ, ਜਾਂ ਕੋਈ ਬਹਿਣ ਛੋਟੀ ਹੁੰਦੀ ਸੀ ਅਤੇ ਉਹ ਆ ਜਾਂਦੀ ਸੀ ਹੈਲਪ ਕਰਨ ਵਾਸਤੇ। ਅੱਜ ਕੱਲ੍ਹ ਉਹ ਰੂਟੀਨ ਕੋ ਨਹੀਂ ਹੈ, ਕਿਉਂਕਿ ਸਕੂਲ ਐਨ ਹਰ ਬੱਚਾ ਹਰ ਬੱਚੀ ਸਕੂਲ ਜਾ ਰਹੀ ਹੁੰਦੀ ਹੈ, ਉਹਨਾਂ ਦਾ ਫਿਰ ਸਾਰਾ ਜਿਹੜਾ ਨਾ ਤਾਲੀਮੀ ਨਿਜ਼ਾਮ ਜਿਹੜਾ ਉਹ ਖਰਾਬ ਹੁੰਦਾ, ਅਗਰ ਇਸ ਤਰ੍ਹਾਂ ਦੀ ਕੋਈ ਉਹਨਾਂ ਨੂੰ ਬੰਗਾਰ ਜਾਂ ਮਤਲਬ ਫਟੀਕ ਪਾਵੀਏ ਨਾ ਤਾਂ ਫਿਰ ਉਹ ਸਾਰਾ ਨਿਜ਼ਾਮ ਖਰਾਬ ਹੋ ਜਾਂਦਾ, ਅਤੇ ਇਸ ਵਜ੍ਹਾ ਤੋਂ ਕੋਈ ਹੋਰ ਹੈਲਪਰ ਸ਼ਰਪਲ ਕੋਈ ਨਹੀਂ ਹੈ, ਆਪ ਹੀ ਘਰ ਦਾ ਕਰਨਾ ਹੈ। ਬਸ ਇਹ ਦੁਆ ਕਰੋ ਕਿ ਸਾਡੇ ਦੋਵਾਂ ਵਿੱਚੋਂ ਇੱਕ ਤੰਦਰੁਸਤ ਹੋਵੇ, ਅੱਲਾ ਖੈਰ ਕਰੇ, ਬਾਕੀ ਬਿਮਾਰੀ ਔਰ ਸਿਹਤ ਇਹ ਤਾਂ ਫਿਰ ਅੱਲਾ ਤਾਲਾ ਦੀ ਦੇਣ ਆ, ਇਹ ਆ ਜਾਂਦੀ ਆ, ਬੰਦਾ ਤਬੀਅਤ ਖਰਾਬ ਵੀ ਹੋ ਜਾਂਦੀ ਹੈ, ਸੈੱਟ ਵੀ ਹੋ ਜਾਂਦੀ, ਸਾਰੇ ਨਿਜ਼ਾਮ ਜਿਹੜੇ ਨਾ ਚੱਲਦੇ ਰਹਿੰਦੇ ਨੇ। ਬਸ ਇਹ ਦੁਆ ਕਰਤੀ ਰੱਖਿਆ ਜੇ ਕਿ ਅੱਲਾ ਕਰੇ ਇੱਕ ਹੀ ਸਾਡਾ ਨਾ ਸਹੀ ਰਹੇ, ਤਾਂ ਕਿ ਕਿਚਨ ਸਾਡਾ ਜਿਹੜਾ ਨਾ ਉਹ ਚੱਲਦਾ ਰਹੇ, ਵਰਨਾ ਕਿਚਨ ਡਿਸਟਰਬ ਹੋਏਗਾ ਔਰ ਬੱਚਿਆਂ ਦੀ ਜਿਹੜੀ ਨਾ ਖੁਰਾਕ ਡਿਸਟਰਬ ਹੋਏਗੀ। ਸਭ ਤੋਂ ਮੇਨ ਵੱਡਾ ਕੰਮ ਜਿਹੜਾ ਨਾ ਜੀ ਉਹ ਇਹ ਵਾਲਾ ਜੰਗਲੇ ਵਾਲਾ ਸੀ ਜਿਹੜਾ ਲੱਗ ਗਿਆ, ਸਾਡਾ ਘਰ ਜਿਹੜਾ ਨਾ ਜੀ ਹੁਣ ਅਲਹਮਦੁਲਿਲਾ ਪਰਫੈਕਟ ਤਰੀਕੇ ਨਾਲ ਸੇਫ ਹੋ ਗਿਆ। ਹੁਣ ਸਿਰਫ ਇੱਕ ਛੋਟਾ ਜਿਹਾ ਕੰਮ ਹੋਰ ਵੀ, ਇਨਸ਼ਾਅੱਲਾ ਮੇਰੀ ਕੋਸ਼ਿਸ਼ ਤੇ ਹੈ ਕਿ ਮੈਂ ਜਲਦ ਅੱਜ ਜਲਦ ਕਰਵਾਉਣਾ ਹੈ, ਬਹੁਤ ਹੀ ਜਲਦੀ, ਜਿੰਨਾ ਵੀ ਜਲਦੀ ਹੋ ਸਕਿਆ। ਹੋ ਸਕਦਾ ਸ਼ਾਇਦ ਇੱਥੇ ਹੁਣੇ ਹੀ ਕਰਵਾ ਲਵਾਂ, ਹੋ ਸਕਦਾ ਸ਼ਾਇਦ 15-20 ਦਿਨ ਜਾਂ ਮਹੀਨਾ ਠਹਿਰ ਕੇ ਕਰਵਾ ਲਵਾਂ। ਉਹ ਵਾਲੇ ਸਾਡੀ ਆ ਪੌੜੀ ਵਾਲੀ ਜਿਹੜੀ ਮਮਟੀ ਹੈ ਨਾ, ਇਸ ਮਮਟੀ ਨੂੰ ਕਵਰ ਕਰਨਾ ਔਰ ਇਹਨੂੰ ਉੱਤੇ ਕਰਵਾ ਕੇ ਇਹਨਾਂ ਦੀ ਛੱਤ ਪਾ ਕੇ ਅੱਗੇ ਦਰਵਾਜ਼ਾ ਲਾਉਣਾ। ਫਿਰ ਜਿਹੜਾ ਇੱਕ ਚਿੜੀ ਹੈ ਨਾ, ਚਿੜੀ ਵੀ ਘਰ ਦੇ ਅੰਦਰ ਦਾਖਲ ਜਿਹੜਾ ਨਾ ਉਹ ਸਾਡੀ ਮਰਜ਼ੀ ਤੋਂ ਇਲਾਵਾ ਨਹੀਂ ਹੋ ਸਕਣੀ। ਹਰ ਜਗ੍ਹਾ ਤੋਂ ਜਿਹੜਾ ਨਾ ਬੰਦ ਵੀ ਹੋ ਜਾਏਗਾ ਔਰ ਹਵਾਦਾਰ ਵੀ ਫੁੱਲ ਹੋਏਗਾ, ਕਿਉਂਕਿ ਚੈੱਕ ਕਰੋ ਨਾ ਕਿਤਨੀ ਰੋਸ਼ਨਦਾਨਾਂ ਨੇ ਇੱਧਰ। ਫਿਰ ਇੱਥੇ ਵੀ ਅਸੀਂ ਉੱਤੇ ਵਿੰਡੋ ਬਣਾਉਣੀ ਆ, ਉਹਦੇ 'ਚ ਗ੍ਰਿਲ ਲੱਗੇਗੀ ਉਹ ਵਾਲਾ, ਫਿਰ ਇਹ ਪਿੱਛੇ ਦੋ ਵੈਂਟੀਲੇਸ਼ਨਾਂ ਨੇ ਦੋਵਾਂ ਕਮਰਿਆਂ ਦੇ ਵਿੱਚ, ਅਤੇ ਮਤਲਬ ਪਰਫੈਕਟ ਤਰੀਕੇ ਨਾਲ ਘਰ ਦਾ ਜਿਹੜਾ ਨਕਸ਼ਾ ਬਣਵਾਇਆ। ਇਨਸ਼ਾਅੱਲਾ ਮਜ਼ਾ ਆਏਗਾ ਰਹਿਣ ਲੱਗਿਆ, ਲੇਕਿਨ ਬਣੇਗਾ ਆਹਿਸਤਾ ਆਹਿਸਤਾ। ਰਾਤ ਦਾ 1:30 ਵੱਜ ਗਿਆ ਔਰ ਇਹ ਹਾਲੇ ਤੀਕਰ ਆਪਣੀ ਮੱਛਰਦਾਨੀ 'ਚ ਵੜ ਕੇ ਨਾ ਪੜੀ ਜਾਂਦੀ। ਕੀ ਕਰਦੀ ਪਈ? ਕਿਆ ਕਰ ਰਹੀ ਹੋ? ਕਾਮ ਲਿਖ ਰਹੀ ਹੋ? ਤੋ ਬੇਟਾ ਸੋ ਜਾਓ, ਅਭੀ ਟਾਈਮ ਕਿਤਨਾ ਹੋ ਗਿਆ? ਸੁਬਹ ਸਾਂਝਰੇ ਉੱਠ ਕੇ ਕਰ ਲੈਣਾ। 5 ਵਜੇ ਕਾ ਕਿਤਨਾ ਕਾਮ ਹੈ ਆਪਕਾ? ਤੋ ਫਿਰ ਸਾਰਾ ਦਿਨ ਕਿਆ ਕਰਤੇ ਰਹੀ ਹੋ? ਖੇਲਨੇ ਮੇ ਗੁਜ਼ਾਰ ਦੀ ਹੈ ਨਾ ਰਾਤ ਕੋ? ਚਲੋ ਆਪ ਥੋੜਾ ਬਹੁਤ ਕਰ ਲਓ, ਥੋੜਾ ਬਹੁਤ ਸੁਬਹ ਸੁਬਹ ਉੱਠ ਕੇ ਕਰ ਲੈਣਾ, ਠੀਕ ਹੈ? ਸੋ ਜਾਓ। ਔਰ ਮੇਰਾ ਬਿਸਤਰਾ ਵੀ ਜਿਹੜਾ ਨਾ ਜੀ ਤਿਆਰ ਹੈ।